इस बच्चे की शादी है। ये इस तरफ सारा ये बोरी और बीच में ये रोड है सिर्फ, ये इस तरफ ये सारे बोरी कम्युनिटी और इस तरफ ये मुस्लिम कम्युनिटी है। और गाइस इधर हो रही है इनकी कुकिंग। तो खाना शाना पकाते हो भी तो अपने बंदे होंगे ने? आप पकाउन लगा वीर मैं खुद ही। तो शादी की है? शादी उस मुंह ना दी है। ओ भाई है तेरा? नहीं मेरी रिश्तेदारी बस। नाई नू नहीं हैगा भाई वीर मेरे कहते नाई नहीं हैगा। बर्तन वगैरह तो अपने होंगे ने? अपने पिछले दौर में ये पीतल की देगे होती थी बचपन में, मुझे भी याद है, लेकिन अभी तो पीतल इतना महंगा हो चुका है कि ये एक देग दे के आप सिल्वर वाली 10 ले लें वाले। हाँ, 10 ले लो। ये कितने किलो दी है? 20 किलो भी है, 25 किलो भी है। 20-25 किलो पीतल। कपड़े कुपड़े दिखाते ने जिदा साढ़े होंगे भाजी वो बरी बुरी दिखाते थोड़े भी होंगे एवं? इधर गए भी आटा गूंद रहे। थोड़े बच्चे की शादी है? भतीजा सही है। ये रोटी वास्ते आटा गूंदा? सही है सही है। गुनो गुनो खा लांगे की है? ਤੁਸੀਂ ਬਾਹਰਲਾ ਤਾਂ ਨਹੀਂ ਵਗਾਣਾ ਨਾ? ਆ ਜਿਹੜਾ ਬਾਹਰਲਾ ਵਗਾਉਂਦੇ ਉਹ ਨਹੀਂ ਅਸੀਂ ਖਾਂਦੇ, ਬਾਕੀ ਅਸੀਂ ਖਾ ਲਾਂਗੇ ਸਾਰਾ ਕੁਝ। ਬਾਕੀ ਕੋਈ ਨਹੀਂ। ਗੋਸ਼ਤ ਬਣਾ ਰਹੇ ਨੇ ਕੋਈ ਨਹੀਂ ਖੈਰ ਇੱਥੇ ਬੈਠੇ ਹੋਏ। इस विलेज में 3-4 शादी है, डिफरेंट जगह पे ढोल बाजे बज रहे हैं। हाँ इस घर से बजन लगे। हाँ रोक रोक आपा की हाल है?
ਨੂੰ ਪਛਾਣਿਆ ਕਿ ਨਹੀਂ ਪਛਾਣਿਆ ਕਿਉਂ ਫਿਰ ਦੇਖ ਲਓ ਪਛਾਣਿਆ ਕਿੱਥੇ ਭਾਈ ਆ ਕਿੱਥੇ ਪਤਾ ਨਹੀਂ ਕਿ ਬੰਦਿਆਂ ਦੇ ਨਾਲ ਫਿਰਦਾ ਹੈ ਕਿਦਾਂ ਸੇ ਠੀਕ ਆ ਉਹਦੀ ਠੀਕ ਹੈ ਹੋਰ ਤੁਹਾਡੀ ਸੇ ਠੀਕ ਆ ਬਾਬਾ ਰਾਮ ਬੱਚੇ ਠੀਕ ਨੇ ਚਲੋ ਬਾਬਾ ਰਾਮ ਜੀ ਤੂੰ ਕਿੱਥੇ ਆ ਜਾ ਸੁਗਾ ਜੀ ਆਪਾਂ ਜੀ ਪਹਿਲੇ ਵੀ ਮੇਰੀ ਇੱਕ ਵੀਡੀਓ ਮੇ ਆਈ ਹੋਈ ਕੋਟ ਦਾ ਮਾਮਾ ਇਹ ਮੁੰਡੇ ਦਾ ਮਾਮਾ ਅੱਛਾ ਅੱਛਾ ਕੀ ਹਾਲ ਹੈ ਭਾਜੀ ਤੁਹਾਡਾ ਨਾਂ ਕੀ ਹੈ ਮੂਲੀਆ ਮੂਲੀਆ ਅੱਛਾ ਇਹ ਕਿੱਥੇ ਇੱਥੇ ਰਹਿੰਦੇ ਮੂਲੀਆ ਰਾਮ ਸੋ ਗਾਇਜ਼ ਇਹ ਕਾਫੀ ਬੜਾ ਵਿਲੇਜ ਹੈ ਯਹਾਂ ਪੇ 50% ਜੋ ਆਬਾਦੀ ਹੈ ਉਹ ਮੁਸਲਿਮ ਹੈ ਔਰ 50% ਜੋ ਹੈ ਯੇ ਬੋਰੀ ਹੈ ਯਹਾਂ ਪੇ ਬਰਾਤ ਆਨੀ ਹੈ ये इस गांव की मस्जिद है जी काफी बड़ा विलेज है ਤੁਹਾਡੇ ਸ਼ਾਦੀ ਹੈ ਭਾਜੀ ਤੁਹਾਡੇ ਬੇਟੇ ਦੀ ਸ਼ਾਦੀ ਹੈ ਅੱਛਾ ਇਹ ਹੁਣ ਕੀ ਬਰਾਤ ਆਈ ਹੈ ਜੇ ਕੀ ਮੇਲ ਆ ਸ਼ਾਮ ਨੂੰ ਮੇਲ ਹਾਂ ਮੇਲ ਵੈਸੇ ਖੁਸ਼ੀ ਖੁਸ਼ੀ ਮਨਾ ਰਹੇ ਹੈ ਖੁਸ਼ੀ ਮਨਾ ਰਹੇ ਹੈ ਅਸੀਂ ਅੱਛਾ ਤੇ ਅੱਜ ਕੀ ਪਕਾ ਰਹੇ ਹੋ ਤੁਸੀਂ ਅੱਜ ਗੋਸ਼ਤ ਤੇ ਪਕਾ ਰਹੇ ਅਸੀਂ ਕਹਿੰਦਾ ਛਤਰਿਆਂ ਦਾ ਬਾਹਰਲੇ ਕੋਈ ਨਹੀਂ ਬਾਹਰਲੇ ਲਾਂਦੇ ਸੀ ਕੋਈ ਨਹੀਂ ਫੜੇ ਗਏ ਸੀ ਬੰਦੇ ਫੜਨ ਗਏ ਸੀ ਨਹੀਂ ਫੜੇ ਬੇਇੱਜ਼ਤੀ ਤੋਂ ਤੁਹਾਡੀ ਤਾਂ ਕਿਆ ਕਰ ਰਿਹਾ